ਪੰਜਾਬ ਦੇ ਵਿੱਚ ਲਾਏ ਗਏ ਸਰਕਾਰ ਵੱਲੋਂ ਕਰਫਿਊ ਦੀ ਹੁਣ ਲੋਕਾਂ ਵੱਲੋਂ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸਮਝ ਵੀ ਆ ਗਈ ਹੈ ਕਿ ਸਰਕਾਰ ਲੋਕ ਹਿੱਤਾਂ ਦੇ ਲਈ ਇਹ ਆਦੇਸ਼ ਲਾਗੂ ਕਰ ਰਹੀ ਹੈ ਅਤੇ ਲੋਕ ਹੁਣ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਕੋਰੋਨਾ ਵਾਇਰਸ ਦੇ ਨਾਲ ਲੜਾਈ ਲੜ ਰਹੇ ਹਨ। ਮਲੇਰਕੋਟਲਾ ਸ਼ਹਿਰ ਦਾ ਮੋਤੀ ਬਾਜ਼ਾਰ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਸੀ ਖਰੀਦੋ ਫਰੋਖਤ ਦੇ ਲਈ, ਅੱਜ ਸੁੰਨਸਾਨ ਪਿਆ ਹੈ। ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਲੋਕ ਇੱਥੇ ਪੂਰੀ ਤਰ੍ਹਾਂ ਕਰਫਿਊ ਦੀ ਪਾਲਣਾ ਕਰ ਰਹੇ ਹਨ। ਸਬਜ਼ੀ ਮੰਡੀ ਦਾ ਦ੍ਰਿਸ਼ ਹੈ ਜਿੱਥੇ ਕਿ ਲੋਕ ਸਬਜ਼ੀਆਂ ਖਰੀਦਣ ਦੇ ਲਈ ਹੀ ਕਰਫਿਊ ਦੀ ਢਿੱਲ ਦੇ ਦੌਰਾਨ ਬਾਹਰ ਆਏ ਹਨ ਅਤੇ ਸਬਜ਼ੀਆਂ ਖਰੀਦ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ। ਮਲੇਰਕੋਟਲਾ ਤੋਂ ਮੁਹੰਮਦ ਕਾਜ਼ਿਮ ਦੇ ਨਾਲ ਸ਼ਾਹਿਦ ਜੁਬੈਰੀ, ਆਜ਼ਾਦ ਟੀਵੀ ਨਿਊਜ਼। ਵੈਸੇ ਤਾਂ ਕਰਫਿਊ ਕਰਕੇ ਘਰੇ ਬੈਠੇ ਹਾਂ ਜੀ, ਉਹਦਾ ਪਤਾ ਲੈਣ ਆਏ ਸੀਗੇ ਸਵੇਰੇ ਸਵੇਰੇ, ਜਿਹੜਾ ਟਾਈਮ ਦਿੱਤਾ ਹੋਇਆ 2 ਘੰਟੇ ਦਾ, ਇਹਦੇ ਕਰਕੇ ਅਸੀਂ ਵੈਸੇ ਘਰੇ ਪਾਲਣਾ ਪੂਰੀ ਕਰ ਰਹੇ ਹਾਂ ਜੀ, ਘਰੇ ਆ ਜੀ, ਜੋ ਟਾਈਮ ਮਿਲਿਆ ਜੀ ਉਹ ਟਾਈਮ ਦੇ ਵਿੱਚ ਅਸੀਂ ਆਏ ਹਾਂ, ਵਾਪਸ ਘਰ ਚੱਲੇ ਜਾਂਦੇ ਵਾਰ।